ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਅੱਜ ਮਹਿਫਲ ਲੱਗੀ ਹੋਈ ਹੈ ਜੀ GNI ਕਾਲਜ ਮੁਲਾਣਾ, ਤੇ ਪੂਰਾ ਗਾਹ ਪਿਆ ਹੋਇਆ, ਪੂਰੀ ਮਸਤੀ ਆ ਅੰਦਰ ਵੀ। ਪਹਿਲਾਂ ਆਪਾਂ ਪੂਰੀਆਂ ਗੱਲਾਂ ਬਾਤਾਂ ਕੀਤੀਆਂ, ਬਾਹਰ ਵੀ ਮਹਿਫਲਾਂ ਲਾਈਆਂ, ਗਾਣੇ ਵੀ ਸੁਣੇ ਤੇ ਇਹਨਾਂ ਦੇ ਝੋਲੇ ਵੀ ਦੇਖੇ ਰੰਗ ਬਿਰੰਗੇ ਕੁੜੀਆਂ ਦੇ, ਕੁੜੀਆਂ ਵੀ ਬਹੁਤ ਸੋਹਣੀਆਂ, ਮੁੰਡੇ ਵੀ, ਕਿਆ ਹੀ ਬਾਤਾਂ। ਤੁਹਾਨੂੰ ਪਤਾ ਵੀ ਆਖਰੀ ਸੈਗਮੈਂਟ ਦੇ ਵਿੱਚ ਜਿਹੜਾ ਆ ਮੈਂ ਜ਼ਰੂਰ ਟੀਚਰਸ ਨੂੰ ਲੈ ਕੇ ਜੋੜਦਾ ਹੁੰਦਾ ਸ਼ੋਅ ਦੇ ਵਿੱਚ, ਤਾਂ ਕਿ ਸਾਨੂੰ ਪਤਾ ਲੱਗੇ ਹਨਾ ਵੀ ਇੱਥੋਂ ਦੇ ਉਸਤਾਦ ਕਿਹੋ ਜਿਹੇ ਨੇ, ਹਨਾ ਜਿਹੜੇ ਨੇ ਚੇਲੇ ਚਿੰਡੇ ਹੋਏ ਨੇ। ਸੋ ਸਾਡੇ ਵਿੱਚ ਟੀਚਰਸ ਹੈਗੇ ਨੇ ਬਹੁਤ ਪਿਆਰੇ, ਬਹੁਤ ਸੋਹਣੇ ਵੀ ਲੱਗ ਰਹੇ ਨੇ, ਪੂਰੀ ਤਿਆਰੀ ਖਿੱਚ ਕੇ ਆਏ ਨੇ ਵੀ ਆਪਾਂ ਵੀ ਅੱਜ ਹੈ ਕੈਮਰੇ ਮੂਹਰੇ ਆਵਾਂਗੇ ਵੀ ਪੂਰੀ ਹੈ। ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਕੀ ਨਾਮ ਹੈ ਜੀ ਆਪਣਾ? ਸੌਰਭ ਬਾਲੀ। ਸੌਰਭ ਬਾਲੀ ਬਾਲੀ ਸਰ, ਇੱਥੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਪੜ੍ਹਾਉਂਦੇ ਨੂੰ? ਮੈਨੂੰ ਹੋ ਗਏ 2 ਸਾਲ। 2 ਸਾਲ ਪੜ੍ਹਾਉਂਦੇ ਨੂੰ ਹੋ ਗਿਆ। ਥੋੜ੍ਹਾ ਦੱਸੋ ਕਾਲਜ ਬਾਰੇ, ਸਟਾਫ ਬਾਰੇ, ਬੱਚਿਆਂ ਬਾਰੇ, ਤੇ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਸੀਗਾ? GNI ਇਜ਼ ਵਨ ਆਫ ਦ ਲੀਡਿੰਗ ਇੰਸਟੀਟਿਊਟ ਆਫ ਨਾਰਥਰਨ ਇੰਡੀਆ। ਹਮਾਰਾ ਮਿਸ਼ਨ ਹੈ ਇਸਕੋ ਆਨੇ ਵਾਲੇ 20 ਸਾਲੋਂ ਮੇ, 10 ਸਾਲੋਂ ਮੇ ਇੰਡੀਆ ਕੇ ਟਾਪ 20 ਇੰਸਟੀਟਿਊਟਸ ਮੇ ਲਾਨਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਵਧੀਆ ਸਰ, ਵਧੀਆ। ਕੀ ਨਾਮ ਹੈ ਜੀ? ਡਾਕਟਰ ਨਵੀਨ ਗੁਲਾਟੀ। ਗੁਲਾਟੀ ਸਾਹਿਬ, ਅੱਛਾ ਜੈਕਟ ਬਹੁਤ ਸੋਹਣੀ ਤੁਹਾਡੀ। ਥੈਂਕ ਯੂ ਸਰ। ਆਪਾਂ ਨਾ ਤੁਹਾਡੇ ਨਾਲ ਖੜੇ ਹੋ ਕੇ ਜ਼ਿਆਦਾ ਸੋਹਣੀ ਲੱਗ ਰਹੀ ਹੈ। ਓਏ ਹੋਏ, ਇੰਨੀਆਂ ਤਾਰੀਫਾਂ, ਮੈਨੂੰ ਨੀਂਦ ਨਹੀਂ ਆਉਣੀ ਜੀ ਰਾਤ ਨੂੰ। ਹੈ, ਮੈਂ ਤੁਹਾਨੂੰ ਸ਼ੇਰ ਸੁਣਾਉਣਾ ਹੈ। ਹਾਂਜੀ ਜ਼ਰੂਰ ਜ਼ਰੂਰ, ਮੈਂ ਇਹੀ ਕਹਿਣਾ ਸੀਗਾ ਵੀ ਆਪਣੀ ਜਿਹੜੀ ਤੁਹਾਡੀ ਕਲਾ ਜ਼ਰੂਰ। ਜ਼ਿੰਦਗੀ ਬੜੀ ਲੰਬੀ ਹੈ, ਦੋਸਤ ਬਣਾਤੇ ਰਹੋ। ਵਾਹ, ਜ਼ਿੰਦਗੀ ਬੜੀ ਲੰਬੀ ਹੈ, ਦੋਸਤ ਬਣਾਤੇ ਰਹੋ, ਅਗਰ ਦਿਲ ਨਾ ਮਿਲੇ ਤੋ ਕਮ ਸੇ ਕਮ ਹੱਥ ਮਿਲਾਤੇ ਰਹੋ। ਹਾਏ 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 ਹਾਏ, ਥੈਂਕ ਯੂ ਜੀ। ਹਾਂਜੀ ਮੈਡਮ ਜੀ, ਕਹਿੰਦੇ ਲੰਘ ਜਾਓ ਲੰਘ ਜਾਓ ਲੰਘ ਜਾਓ ਕਹਿੰਦੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ। ਕੀ ਨਾਮ ਕੀ ਜੀ ਆਪਣਾ? ਜਸਮੀਤ ਕੌਰ। ਜਸਮੀਤ ਮੈਮ, ਆਪਣਾ ਗਾਉਣਾ ਆਉਂਦਾ ਤੁਹਾਨੂੰ? ਆਉਂਦਾ ਨਹੀਂ, ਪਤਾ ਕੀ ਆਉਂਦਾ? ਅੱਛਾ, ਆਉਂਦਾ ਨਾ, ਦੇਖੇ ਐਂ ਐਂ ਕੱਢ ਲਈ ਦਿੰਦੇ ਗਾਣੇ ਗੁਣੇ। ਤੁਸੀਂ ਕਾਲਜ ਸਾਡੇ ਆਏ, ਅਸੀਂ ਫੁੱਲੇ ਨਾ ਸਮਾਏ। ਤੁਸੀਂ ਕਾਲਜ ਸਾਡੇ ਆਏ, ਅਸੀਂ ਫੁੱਲੇ ਨਾ ਸਮਾਏ। ਸਾਡੇ ਕਾਲਜ ਤਸ਼ਰੀਫ ਲੈ ਆਇਆਂ ਨੂੰ, ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ, ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਹਾਲ ਚਾਲ ਵੀ ਪੁੱਛਿਆ, ਜੀ ਆਇਆਂ ਨੂੰ ਵੀ ਕਿਹਾ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਆਪਣੀ ਦੁਬਾਰਾ ਮੁਲਾਕਾਤ ਹੋ ਰਹੀ ਹੈ, ਸੋ ਇੱਕ ਵਾਰ ਧਿਆਨ ਦਿੱਤਾ ਜਾਵੇ ਵੀ ਇਹ ਉਹ ਸਰ ਨੇ ਜਿਹੜੇ ਬਹੁਤ ਜ਼ਿਆਦਾ ਸਟ੍ਰਿਕਟ ਨੇ। ਹਾਂਜੀ, ਤੇ ਤੁਸੀਂ ਥੋੜ੍ਹਾ ਕਿਹਾ ਸੀ ਵੀ ਗੈਪ ਰੱਖੋ ਥੋੜ੍ਹਾ ਜਿਹਾ। ਨਹੀਂ, ਐਸੇ ਵੀ ਗੈਪ ਨਹੀਂ, ਜੱਪੀਆਂ ਵੀ ਪਾ ਲੈਣੀ ਚਾਹੀਦੀ। ਹਾਂ ਹਾਂ ਹਾਂ, ਥੈਂਕ ਯੂ ਥੈਂਕ ਯੂ ਥੈਂਕ ਯੂ। ਅੱਛਾ ਸਰ, ਕਿੰਨੇ ਕੁ ਨਿਆਣੇ ਆਪਾਂ ਕੁੱਟੇ ਆ? ਕੁੱਟੇ ਝਟਕਾ ਝੁੜਕਾ ਤਾਂ ਨਹੀਂ? ਕੁੱਟੇ ਨਹੀਂ, ਝਟਕਾ ਝੁੜਕਾ ਰਵਾਏ ਬਹੁਤ ਹੈ। ਓ ਹੋ ਹੋ, ਅੱਛਾ ਜੀ ਅੱਛਾ ਜੀ। ਸੋ ਇਹ ਸੀ ਜੀ ਸਟ੍ਰਿਕਟ ਗੈਪ ਗੈਪ। ਕੀ ਨਾਮ ਹੈ ਜੀ ਆਪਣਾ? ਨੇਹਾ ਮਲਿਕ। ਨੇਹਾ ਮਲਿਕ ਜੀ, ਮਲਿਕ ਜੀ ਕਿੱਥੋਂ ਬਿਲੋਂਗ ਕਰਦੇ ਹੋ? ਫਗਵਾੜਾ ਪੰਜਾਬ। ਫਗਵਾੜੇ ਤੋਂ ਆਏ ਹੋ ਜੀ, ਇੰਨੀ ਦੂਰ ਫਿਰ ਇੱਥੇ ਕਿੱਦਾਂ ਕਰਦੀ ਯਾਦ ਆਉਂਦੀ? ਨਹੀਂ ਕਰਦੀ ਯਾਦ, ਬਿਲਕੁਲ ਆਉਂਦੀ ਹੈ, ਲੇਕਿਨ ਮੇਰੀ ਮੈਰਿਜ ਹੋਈ ਇੱਥੇ ਮੁਲਾਣਾ। ਅੱਛਾ ਜੀ, ਤੁਹਾਨੂੰ ਸੱਦਿਆ ਨਹੀਂ ਜੀ ਉੱਥੇ? ਤੁਹਾਡਾ ਪਤਾ ਨਹੀਂ ਸੀ ਨਾ, ਹੁਣੇ ਪਤਾ ਚੱਲਿਆ। ਚਲੋ ਠੀਕ ਹੈ ਠੀਕ ਹੈ ਠੀਕ ਹੈ, ਹੁਣ ਜਦੋਂ ਅੱਗੋਂ ਵਿਆਹ ਹੋਣਗੇ ਨਾ ਪਰਿਵਾਰ 'ਚ ਕਿਸੇ ਦਾ ਵਿਆਹ ਹੋਊਗਾ, ਜ਼ਰੂਰ ਸੱਦਣਾ ਜੀ। ਫਸਟ ਇਨਵੀਟੇਸ਼ਨ ਪੂਰੀ ਟੀਮ ਨੂੰ ਜੀ, ਬਿਲਕੁਲ ਉੱਥੇ ਨਾਲੇ ਅਸੀਂ ਕੰਟੀਨੀ ਮੰਡੀਰ ਖੇਡ ਜਾਵਾਂਗੇ ਜੀ ਨਾਲੇ, ਹੈ ਕਿ ਨਹੀਂ? ਹਾਂ ਠੀਕ ਹੈ, ਚਲੋ ਠੀਕ ਹੈ, ਵਧੀਆ ਹੋ ਜੀ ਵਿਆਹ ਫਿਰ। ਹਾਂਜੀ ਬਹੁਤ ਵਧੀਆ, ਪਨੀਰ ਪਨੂਰ ਪੂਰਾ? ਹਾਂਜੀ। ਕੀ ਕੀ ਆਈਟਮਾਂ ਕਿੰਨੀਆਂ ਸੀ ਖਾਣ ਖੁਣ? ਦੇਖੋ ਦਿਲ ਜਿਹਾ ਕਰਦਾ ਹੁਣ, ਭੁੱਖ ਜੀ ਲੱਗੀ। ਕੀ ਕੋਈ ਸੀਗਾ? ਦਹੀਂ ਭੱਲੇ? ਦਹੀਂ ਭੱਲੇ, ਟਿੱਕੀ, ਟਿੱਕੀ ਹੋਰ ਜੀ, ਚਾਉਮੀਨ। ਇਹ ਤਾਂ ਚਲੋ ਸਨੈਕਸ ਵਾਲਾ ਕੰਮ ਹੋ ਗਿਆ, ਦੂਜਾ ਰੋਟੀ ਵਾਲੇ ਬੰਨੇ ਜੀ? ਮਸ਼ਰੂਮ ਮਟਰ। ਅੱਛਾ, ਹੋਰ ਪਨੀਰ, ਸ਼ਾਹੀ ਪਨੀਰ, ਕੜਾਈ ਪਨੀਰ। ਓਹੋ, ਪਨੀਰ ਦੋ ਤਿੰਨ ਰੱਖ ਲਏ ਤੁਸੀਂ? ਹਾਂਜੀ, ਚਲੋ ਬਹੁਤ ਵਧੀਆ, ਸਾਰੀ ਵੈਰਾਈਟੀ ਸੀਗੀ, ਸਾਰੀ ਮਨ ਕੀ ਪੂਰਾ ਜੋਸ਼। ਹਾਂਜੀ ਬਿਲਕੁਲ, ਫੁੱਲ ਠਾ ਠਾਉ ਕੇ ਕੀਤਾ ਵਿਆਹ, ਹੈ ਨਾ ਜੀ? ਚਲੋ ਠੀਕ ਹੈ ਜੀ, ਬਹੁਤ ਬਹੁਤ ਮੁਬਾਰਕਾਂ ਵਿਆਹ ਦੀਆਂ। ਸਰਦਾਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਕਹੋ ਜੀ। ਹਾਂਜੀ ਬਿਲਕੁਲ, ਠੀਕ ਹੈ ਜੀ, ਆ ਜਾਓ ਜੀ, ਆ ਜਾਓ। ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ, ਤੁਸੀਂ ਰਾਤ ਨੂੰ ਸੁੱਤੇ ਹੋ, ਸਵੇਰੇ ਉੱਠਦੇ ਹੋ, ਤੁਹਾਨੂੰ ਇੱਕ ਪਾਵਰ ਮਿਲਦੀ ਹੈ ਕਿ ਮਾਲਕ ਨੇ ਤੁਹਾਨੂੰ ਇੰਨੀ ਕੁ ਪਾਵਰ ਦੇਤੀ ਵੀ 24 ਘੰਟੇ ਤੁਸੀਂ ਕੁਛ ਵੀ ਕਰ ਸਕਦੇ ਹੋ ਪੂਰੀ ਦਿਹਾੜੀ? ਜੀ ਜੀ। ਕਿਹੜਾ ਕੰਮ ਕਰੋਗੇ? ਖੁਸ਼ ਹੋ ਗਏ ਵੀ ਆਹ ਪਾਵਰ ਆ ਗਈ ਆ? ਹਾਂਜੀ ਸਰ, ਆਈ ਥਿੰਕ ਮੈਂ ਇਹੀ ਕਹੂੰਗੀ ਕਿ ਜਿੰਨੇ ਵੀ ਵਰਲਡ ਕੇ ਸਭ ਲੋਕ ਹੈ, ਸਭ ਖੁਸ਼ ਰਹੇ, ਸਭ ਖੁਸ਼ ਰਹੇ, ਸਰਬੱਤ ਦਾ ਭਲਾ। ਯਾ ਹਾਂਜੀ, ਅੱਛਾ ਆਪਣੀ ਸੇਵਿੰਗ ਕਿੰਨੀ ਕੁ ਹੋਈ ਹੈ? ਸਾਹ ਦੱਸੋ ਸਰ। ਓਏ ਅੱਗੇ ਆ ਜਾਓ, ਅੱਗੇ ਆ ਥੋੜਾ, ਅੱਗੇ ਇਹਨੂੰ ਦੋ ਰਹਿਣ ਦੋ ਸਰ। ਟੀਚਰਸ ਦੇ ਕੋਲ ਇੰਨਾ ਪੈਸਾ ਨਹੀਂ ਹੁੰਦਾ, ਉਹਨਾਂ ਦੇ ਕੋਲ ਬਸ ਗੁੱਡ ਥਾਟਸ ਹੁੰਦੇ ਨੇ ਜਿਹੜੇ ਉਹ ਡਿਸਟ੍ਰੀਬਿਊਟ ਕਰ ਸਕਦੇ ਨੇ, ਉਹਦਾ ਕੋਈ ਮੁੱਲ ਨਹੀਂ ਹੁੰਦਾ। ਯਾ, ਦੈਟ ਇਜ਼ ਆਲ ਆਈ ਹੈਵ। ਚਲੋ, ਬਹੁਤ ਸਿਆਣੀਆਂ ਗੱਲਾਂ ਹੋ ਗਈਆਂ, ਤਾੜੀਆਂ ਜੀ, ਹੁਣ ਤਾੜੀਆਂ, ਤਾੜੇ ਤਾੜੇ। ਰੈਡ ਲੈਦਰ ਯੈਲੋ ਲੈਦਰ, ਰੈਡ ਲੈਦਰ ਯੈਲੋ ਲੈਦਰ, ਰੈਡ ਲੈਦਰ ਯੈਲੋ ਲੈਦਰ, 10 ਵਾਰ ਪੂਰੀ ਸਪੀਡ ਨਾਲ ਬੋਲਣਾ। ਰੈਡ ਲੈਦਰ ਯੈਲੋ ਲੈਦਰ, ਯੈਲੋ ਲੈਦਰ ਯੈਲੋ ਲੈਦਰ, ਰੈਡ ਲੈਦਰ। ਕੋਈ ਕੋਈ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਆਏ ਆਏ ਜੀ, ਓਏ ਹੋਏ 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 ਹੋਏ, ਹੈਪੀ ਸਰ, ਹੈਪੀ। ਬੱਚਿਆਂ ਦੇ ਚਾਹਵਾਨ, ਬੱਚਿਆਂ ਦੀ ਫਰਮਾਇਸ਼ ਦੇ ਉੱਤੇ 4 ਕਦਮ ਸਾਡੇ ਨਾਲ ਚੱਲ ਕੇ ਆਏ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਕੀ ਨਾਮ ਹੈ ਜੀ? ਰਵਿੰਦਰ। ਰਵਿੰਦਰ ਸਰ, ਬੱਚਿਆਂ ਦੇ ਇੰਨੀ ਲਾਡਲੇ ਕਿਉਂ ਤੁਸੀਂ? ਬੱਚੋ ਕਾ ਪਿਆਰ ਹੈ ਸਰ। ਹਾਂਜੀ ਹਾਂਜੀ, ਨਹੀਂ ਕਿਸ ਗੱਲ ਦਾ? ਕਿ ਤੁਸੀਂ ਆਪਣਾ ਉਹਨਾਂ ਨਾਲ ਐਜ਼ ਅ ਫਰੈਂਡਲੀ ਹੋ, ਤੁਸੀਂ ਕੁਛ
एक्चुअली जैसे मैं इनको ये कोशिश करता हूँ कि कॉलेज में आते हैं स्टूडेंट लाइफ होती है तो थोड़ा एग्रेशन ज्यादा होता है इनमें. बिल्कुल बिल्कुल. तो मेरा मोटिव ये रहता है कि इनका एग्रेशन पॉजिटिव वे में जाए. और जैसे नए नए बच्चे होते हैं मैकेनिकल ब्लॉक में से ब्लॉक करता हूँ मैं तो थोड़ा गुस्सा बहुत होता है. अगर इसी गुस्से को पॉजिटिव फील्ड में बनाए तो एक बहुत ऊपर जाएंगे. बहुत ऊपर ये मेरा मानना है. बहुत 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 चांद कर लो. क्या काम. थैंक यू सर. सर अच्छा मैं थोड़ा दस दा भी हूँ आप अंताक्षरी शुरू करते हैं. पर अंताक्षरी मुंडिया वर्सिज कुड़ियों की ऐतकी नहीं होगी. हूँ होगा गुरु गुरु इधर गुरु वर्सिज चेले यानी कि बच्चे स्टूडेंट कट्ठे है मुंडे कुड़ियाँ वर्सिज टीचर. ठीक है जी. कोई चक्कर नहीं चक दी है. कोई नहीं कोई नहीं जी. नशे में सारा जहां है इतनी हसी मुलाकात है. बेटा बिछाई होठों पे आई दिल में छुपी जो बात है. बाहों में आके आशिक बना के कम शिक शिक सम्मान. ओ बेबी रोक द डांस फ्लो आगे भी यही शो पीछे भी यही शो. रॉक द डांस फ्लो आगे भी यही शो पीछे भी यही शो. रॉक सूरत है कितनी भोली. नैन तेरे कजिया रे आगे क्या बाल तेरे ऐसे कुछ है. रल मिलके देखो दे. हां जी नैन तेरे दिल मेरा खोने लगा. गौसे बुलवा दो. इमली खट्टी मीठे हाँ जी. इस जंगल में हम सब शेर. रह जी चल कर चल कहते होगी देर रह तो. थैंक्स फॉर वॉचिंग कंटिन्यू मडीर. और MH1 कंटिन्यू मडीर के इस यूट्यूब चैनल में तुसी सब्सक्राइब करो ताकि अगले शोज की जी नोटिफिकेशन हैगी है वो थोड़ा मिलती रहे. थैंक यू सो मच.